ਵੈਲਕਮ ਦੋਸਤੋ ਦੋਸਤੋ ਰੰਧਾਵਾ ਵਲੋਗ ਯੂਟਿਊਬ ਚੈਨਲ 'ਤੇ ਖੁਸ਼ ਆਮਦੀਦ। ਹਾਂਜੀ, ਉਮੀਦ ਕਰਦੇ ਤਮਾਮ ਦੋਸਤ ਠੀਕ ਠਾਕ ਹੋਣਗੇ। ਹਾਂਜੀ, ਅੱਜ ਮੈਂ ਸਰਗੋਧੇ ਮੌਜੂਦ ਹਾਂ ਜੀ, ਸ਼ਰੀਫ ਜ਼ਰੀ ਇੰਡਸਟਰੀ 'ਤੇ, ਅਤੇ ਇੰਜੀਨੀਅਰ ਸਾਹਿਬ ਆਪਣੇ ਨਾਲ ਨੇ, ਅਤੇ ਆਪਣਾ ਨਾਂ ਦੱਸਿਓ ਜੀ। ਮੇਰਾ ਨਾਂ ਮੁਹੰਮਦ ਇਸਲਾਮ। ਮੁਹੰਮਦ ਇਸਲਾਮ, ਇਹ ਜਿਹੜਾ ਥ੍ਰੈਸ਼ਰਾਂ ਦੇ ਬਾਰੇ ਸਾਨੂੰ ਮੁਕੰਮਲ ਗਾਈਡ ਕਰਨਗੇ ਵੀ ਸ਼ਰੀਫ ਵਾਲਿਆਂ ਦੇ ਕਿੰਨੇ ਮਾਡਲ ਆਏ ਨੇ ਅਤੇ ਕੀ ਹਿਸਾਬ ਕਿਤਾਬ ਆ, ਮੁਕੰਮਲ ਤਫਸੀਲਾਤ ਜਿਹੜੀ ਸਾਨੂੰ ਇਹ ਦਿੰਦੇ ਨੇ ਜੀ। ਵਾਲਕਮ ਸਲਾਮ ਭਾਈ ਜਾਨ, ਕੀ ਹਾਲ ਭਾਜੀ? ਠੀਕ ਠਾਕ ਹੋ? ਅਲਹਮਦੁਲਿਲਾ, ਅੱਲਾਹ ਤਾਲਾ ਦਾ ਸ਼ੁਕਰ। ਅਤੇ ਭਾਜੀ, ਪਹਿਲਾਂ ਤਾਂ ਆਪਣੇ ਅਦਾਰੇ ਦਾ ਸਾਨੂੰ ਤਾਰਫ ਕਰਾ ਦਿਓ ਜੀ। ਜੀ, ਇਹ ਸ਼ਰੀਫ ਬੇਟ ਥ੍ਰੈਸ਼ਰ ਹੈਗੀ ਜੀ, ਇਹ ਮੇਰੇ ਕੋਲ 6 ਕਿਸਮਾਂ ਦੀ ਮਸ਼ੀਨਾਂ ਨੇ ਸਿੰਗਲ ਜੀ। ਇਹਦੇ ਬਾਰੇ ਇਹ ਜਨਾਬ ਸੁਪਰ ਯੂਨੀਕ ਮਾਡਲ ਹੈ, 105 ਕਟਰਾਂ ਦੀ ਜੀ। ਸਾਡੇ 4 ਫੁੱਟੀ ਹੈਗੀ ਜੀ, ਇਹਦੀ ਜਾਲ ਦੀ ਗੁਲਾਈ ਜਿਹੜੀ ਇਹਨਾਂ ਦੀ ਭਾਈ ਜਾਨ 52 ਇੰਚ ਹੈ। ਫਰੰਟ ਵਾਲਾ ਅਤੇ ਦਰਮਿਆਨ ਵਾਲਾ ਵੇਟ ਜਿਹੜਾ 36 ਇੰਚ ਦਾ ਹੈਗਾ ਜੀ। ਪੱਖੇ ਵਾਲਾ 26 ਇੰਚ ਦਾ, 12 ਇੰਚੀ ਦਾ ਪੱਖਾ ਹੈਗਾ ਜੀ। ਉੱਪਰ ਫੀਐਟ ਮੈਸਿਕ ਪੂਲੀ ਚੜੀ ਹੋਈ ਹੈ, ਨੀਚੇ ਸੰਡਰ ਆਪਣਾ ਸਿੰਗਲ ਹੈ ਜੀ। ਇਸਕੀ ਇਹ ਦੇਖ ਲਓ, ਇੱਕ ਮਾਡਲ ਇਹ ਹੋ ਗਿਆ ਨਾ ਜੀ। ਇਹ ਕੌਣ ਸੇ ਟਰੈਕਟਰ ਕੇ ਲਿਏ ਮੌਜੂਦ ਹੈ? ਇਹ ਕੋਈ ਸਾ ਵੀ ਟਰੈਕਟਰ ਹੋਵੇ ਇਸਕੇ ਜਾਲ ਕੀ ਗੁਲਾਈ ਹੈ 56 ਇੰਚ। ਫਰੰਟ ਪੇ ਫੀਡ ਮੈਸੀ ਕੀ ਪੁਲੀ ਚੜੀ ਹੋਈ ਹੈ, ਆਪਣਾ ਵੇਟ ਜੋ ਹੈ 36 ਇੰਚ ਦਾ ਹੈ, ਦਰਮਿਆਨ ਵਾਲਾ ਵੀ 36, ਪੱਖੇ ਵਾਲਾ 26 ਇੰਚ ਦਾ, 12 ਇੰਚ ਦਾ ਪੱਖਾ। ਸਟੀਲ ਕੀ ਟ੍ਰੇ ਡਾਲ ਕੇ ਦੇਗੇ, ਕੋਈ ਸੀ ਵੀ ਮਸ਼ੀਨ ਹੋ, ਡਬਲ ਪਾਰਸੀ ਹੈ, 616 ਕੇ ਟੈਚ ਚੜੇ ਹੋਏ ਹੈਗੇ। ਇਹ ਆ ਗਈ 4.5 ਫੁੱਟ ਦੀ ਸਟੈਂਡਰਡ ਮਾਡਲ। ਟਾਇਰ ਕੌਣ ਸੀ ਕੰਪਨੀ ਕੇ? ਇਹ ਟਾਇਰ ਸਰਵਿਸ ਕੇ ਹੋਣਗੇ ਜਾਂ ਚੱਲ ਰਹੀ ਹੈ? ਇਹ ਬਤਾ ਦੇ, ਇਹ 400 ਚੱਲ ਵਾਲਾ ਸੀ? ਇਹ 400 ਚੱਲ ਹੈ ਜੀ, 400 ਚੱਲ। ਸਾਰੀ ਮਸ਼ੀਨ ਨੂੰ 400 ਚੱਲ ਹੈ ਜੀ। ਅੱਛਾ, ਇਹ ਸਾਰੇ 4.5 ਫੁੱਟ ਦੀ ਸਟੈਂਡਰਡ ਮਾਡਲ ਹੈ ਜੀ। ਇਹ 5 ਫੁੱਟ ਦੀ ਸਟੈਂਡਰਡ ਮਾਡਲ ਹੈ, 116 ਕਟਰ ਮੇ 5 ਫੁੱਟ ਦੀ ਸਟੈਂਡਰਡ ਮਾਡਲ, 116 ਕਟਰ ਮੇ ਇਸਕੇ ਜਾਲ ਕੀ ਗੁਲਾਈ ਹੈ 56 ਇੰਚ। ਮੋਰ ਹੈ ਜੋ ਮੈਨੇ ਉਸਕਾ ਬਤਲਾਇਆ ਨਾ ਆਪਕੋ, ਫਰੰਟ ਪੇ ਡਬਲ ਜੀ ਜਾ ਰਹੇ ਹੈ ਗੁਲਾਈ ਜਾਲ ਕੀ? ਇਹ ਜਾਲ ਜੋ ਕਾ ਅੰਦਰ ਹੈ ਜੀ, ਇਹ ਵੀਲ ਹੈ, ਵੀਲ ਕੀ 36 ਇੰਚ ਹੈ ਜੀ, ਦਰਮਿਆਨ ਵਾਲੇ ਕੀ ਔਰ ਫਰੰਟ ਵਾਲੇ ਕੀ, ਪੱਖਾ ਵਾਲਾ 26 ਇੰਚ ਦਾ ਹੈ। ਆਪ ਇਹਦੇ ਆਏ ਸਾਫ ਦਰਮਿਆਨ ਵਾਲਾ ਵੀ ਦਿਖਾ ਜੀ, ਇਹ ਦੇਖ ਲੈ ਆਪ, ਇਹ 3 ਰੇਟ ਜੀ, 3 ਰੇਟ ਹੈ ਇਹ, ਇਹ ਦਰਮਿਆਨ ਤੇ ਆ ਗਿਆ, ਉਹ ਪਿੱਛੇ ਪੱਖੇ ਵਾਲਾ ਹੈ, ਪੱਖੇ ਵਾਲਾ 26 ਇੰਚ ਦਾ ਹੈ। ਵਜਨ ਕੀ ਨਹੀਂ ਹੈ, ਮੁਕੰਮਲ ਮਸ਼ੀਨ ਕਾ ਵਜਨ ਬਤਲਾ ਸਕਤਾ ਹੂੰ ਮੈਂ, ਇੱਕ ਇੱਕ ਆਈਟਮ ਕਾ ਨਹੀਂ ਮੁਝੇ ਪਤਾ ਹੈ। ਕਿਤਨਾ ਐਸਟੀਮੇਟ ਵਜਨ ਹੋਗਾ ਇਸ ਦਾ? 50 ਮਨ ਹੈ 5 ਫੁੱਟ ਦੀ ਮਸ਼ੀਨ ਕਾ। ਠੀਕ ਹੈ, ਇਹ ਸਾਲ ਸਟੈਂਡਰਡ ਮਾਡਲ 4.5 ਫੁੱਟ ਦੀ ਖੜੀ ਹੈ, ਇਸ ਕਾ 48 ਮਨ ਵਜਨ ਹੈ। ਚਲਿਏ ਅਗਲੇ ਪ੍ਰੋਡਕਟ ਤੇ ਚਲਿਏ। ਉਸ ਤੋਂ ਬਾਅਦ ਜੋ ਹੁੰਦਾ ਹੈ ਯੂਨੀਕ ਮਾਡਲ ਹੈ, ਉਸ ਕਾ 48 ਮਨ ਵਜਨ ਹੈ। ਟਿਪ ਵਾਲੇ ਹੈ, ਠੀਕ ਹੈ। ਇਸਕੇ ਜਾਲ ਕੀ ਗੁਲਾਈ ਜੋ ਹੁੰਦੀ ਹੈ ਨਾ ਭਾਈ ਜਾਨ, ਉਹ ਹੈ 56 ਇੰਚ। ਜੋ ਮੈਨੇ ਆਪਕੋ ਪਹਿਲੇ ਬੁਲਾਇਆ ਫਰੰਟ ਪੇ ਜੋ ਕੀ ਡਬਲ ਪੁਲੀ ਹੈ, ਫੀਐਟ ਮੈਸੀ। ਅੱਛਾ, ਇਸਕਾ ਵੇਟ ਜੋ ਹੁੰਦਾ ਹੈ ਨਾ 37 ਇੰਚ ਹੈ, ਪੱਖੇ ਵਾਲਾ ਵੀ, ਆਪਣਾ ਦਰਮਿਆਨ ਵਾਲਾ, ਫਰੰਟ ਵਾਲਾ, ਪੱਖੇ ਵਾਲਾ ਜੋ ਹੁੰਦਾ ਹੈ 28 ਇੰਚ ਦਾ ਵੇਟ ਹੈ, 616 ਕੇ ਟੈਚ ਚੜੇ ਜੀ। ਆ ਜੀ, ਆ ਕੇ ਆ ਗਏ। ਇੱਕ ਮਾਡਲ ਇਹ ਹੈਗਾ, ਇਹ ਦੇਖੋ ਨਾ ਜੀ, ਹਮਾਰੇ ਪਾਸ ਮਾਡਲ ਹੈਗਾ ਸਪੈਸ਼ਲ ਡੀਲੈਕਸ ਮਾਡਲ ਮਸ਼ੀਨ ਹੈ, 120 ਕਟਰਾਂ ਵਾਲੀ, 120 ਕਟਰੋਂ ਮੈਂ ਹੈ। ਇਹ ਇਸਕੇ ਟਿਪ ਵਾਲੇ ਕਟਰ ਹੈ, ਇਸਕੇ ਜਾਲ ਕੀ ਗੁਲਾਈ ਜੋ ਵੀ ਹੈ ਨਾ 61 ਇੰਚ ਹੈ, 61 ਇੰਚ, 5 ਫੁੱਟ ਸੇ ਵੀ ਜ਼ਿਆਦਾ, ਇਸਮੇਂ ਨਿਕਾਸੀ ਜ਼ਿਆਦਾ ਹੋਏਗੀ, ਡੀਜ਼ਲ ਕੀ ਬੱਚਤ ਹੋਏਗੀ, ਟਾਈਮ ਕੀ ਬੱਚਤ ਹੋਏਗੀ। ਅੱਛਾ, ਫਰੰਟ ਵਾਲਾ ਦਰਮਿਆਨ ਵਾਲਾ ਵੇਟ 38 ਇੰਚ ਦਾ ਹੈ, ਪੱਖੇ ਵਾਲਾ 28 ਇੰਚ ਦਾ ਹੈ, 13 ਇੰਚ ਦਾ ਪੱਖਾ ਹੈ ਬਲੋਕ। ਉਸ ਤੋਂ ਬਾਅਦ ਇਹ ਮੋਰ ਵੀ ਲੱਗੀ ਹੋਈ ਹੈ ਹਮਾਰੀ, ਹਰ ਇੱਕ ਮਸ਼ੀਨ 'ਤੇ ਇਹ ਮੋਹਰੇ ਵੀ ਦੇਖ ਲਿਆ।
ये टूर बुक सभी साथ दे रहे हैं, ये टूर बस हाँ ये लगवाया है साथ, ये सब कुछ लगाया। अच्छा अच्छा ये जो है ना 4 इंची का एंगल है फ्रेम, 4 इंची के एंगल का फ्रेम है, 5 इंची के चैनल की हुक है, बड़े टायर है, बड़े मैसी वाले टायर जी, बड़े टायर है इसकी जो भी है ना, जैसे आपको ये पता लग रहा है ना जी क्वालिटी वाल ऐसे इसमें निकासी में भी फर्क है। अच्छा ये इसमें मोटे टायर लगाने की क्या वजह, इसका वजन जो होता है ना ये 55 मान आएगा, ये जो भी पीछे मशीन डिलक्स मॉडल खड़ी है इसका वजन है 55 मान, ये वजन के हिसाब से बड़े टायर चलाए हैं। अच्छा ये 120 कटरों में आ गई भाइयों, ये जो सी मशीन है ना हमारे पे सुपर मॉडल, सुपर मॉडल ये सबसे टॉप पे मशीन है, ये 145 की मशीन है 150 कटरों में। अच्छा ये जो सा फ्रंट वाला जो सा व्हील है दरमियान वाला 38 इंची का है ये फ्रंट वाला, हाँ ये जी फ्रंट वाला हो गया, दरमियान वाला हो गया 38 इंची का वेट है, पंखे वाला 28 इंची का है। अच्छा इसका भी 13 इंची का पंखा है। अच्छा इसका भी फ्रेम जो होता है 4 इंची के एंगल का है, इसकी हुक जो सी है 5 इंची के चैनल की है, टायर बड़े हैं, ये सब मशीनें जो सी है ना चल सो चल है। अच्छा इसके कटर जो होते हैं 150 धंधे वाले हैं, इसमें इंशाल्लाह जो इनका है ना जी, इसमें जैसे मटेरियल में फर्क आ रहा है ना, वैसे इसकी कारकर्दगी में भी फर्क है और इसके डीजल में भी फर्क आएगा, हाँ जी। ऐसा उससे बाद ये इसमें थोड़ी सी कौन सी सिनी कनक होती है ना पत्थर वाली, वो भी क्रैश होएगी, जितम सुखी आएगी तो इंशाल्लाह इसकी निकासी ज्यादा है, टाइम की बचत है और डीजल की भी बचत है। ये अच्छा ये जो है ना सिंगल मशीन थी, आज मैं आपको सिखाता हूँ सारा कुछ, आज ये आ गया डीलक्स मॉडल 4.5 फुटी मशीन है, डबल चल सो चल, इसमें हर किस्म की फसल निकलती है, सिर्फ नहीं निकलेगी तो एक मकई और एक मुंजी नहीं निकलेगी, और जैसे हम डबल मशीन में डबल सामान देते हैं, एक गंदा वाला जाल होएगा और एक कनक वाला होएगा, उससे बाद जो उनसे है ना कि इसके जाल आप तब्दील कराते रहो बनवाते रहो, यानी कि अगर किसी ने सरों कटनी है तो सरों वाला जाल से भी जाल अलहदा होएगा, बाजरे वास्ते भी अलहदा होएगा, मटर वास्ते भी अलहदा, मटर वास्ते भी अलहदा होएगा, क्या नाम लोबी वास्ते भी, लोबी वास्ते अलहदा, उसके बाद अब मूंगफली वास्ते भी अलहदा अलहदा होएगा, ये जाल अलहदा होएगा। अच्छा जी ये अपना डीलक्स मशीन है 4.5 फुटी 104 कटरों में, सारे इसके कटरों को टिपे लगी हुई है, फ्रंट वाला दरमियान वाला वेट जो उसका 37 इंची का है, पक्षी वाला 28 इंची का है, 12 इंची का पक्षा है, ये एक मॉडल ये है, हर एक इसको डबल क्यों कहते हैं, इसके डबल इसमें यही हिसाब से कहते हैं, इसमें हर चीज निकल जाती है, यूनिवर्सल थ्रैशर भी कह सकते हैं आप इसको, काम कर दिया यूनिवर्सल भी आप इसको कह सकते हैं, जो भी है वो मैं बताऊंगा बाद में आपके बारे में बताएं जी। अच्छा ये जो सा है स्पेशल डीलक्स मॉडल मशीन है 4.5 फुटी मशीन है, डबल जब मशीन है, ये इसके कटरों को टिप लगी हुई है, इसके जाल की गुलाई जो भी है 1.5 इंच है, फ्रंट वाला दरमियान वाला वेट 38 इंची का है, पक्के वाला 28 इंची का है, उसके बाद 13 इंची का पंखा है, गैस बड़े हैं, उसके बाद 4 इंची के एंगल का फ्रेम है, 5 इंची के चैनल की हुक है, ये जो भी आना चाहते आप ये ऐसे आ रहे हैं ना कि इसकी कारकर्दगी भी जाल की फुलाई भी सब कुछ है, इसमें निकासी का भी फर्क है। इसमें हमें ये बताएं हम सारी मशीनें जो देख रहे हैं तकरीबन ये आप सेम ही रख रहे हैं जी, ये सेम होएगा सब में, सब में डबल में, डबल में ये सेम होगा, डबल में सेम, डबल में सेम होगा। अच्छा ये सुपर मॉडल मशीन आ गई 150 कटरों भाई जान, जो मैंने उसका बताया ना स्पेशल डीलक्स मॉडल का वही कुछ इसमें है, इसमें दात्री वाले कटर लगे हैं, जैसे थोड़ी बहुत सुनी कनक होती है ना वो भी क्रश करेगी, उससे बाद जो है ना इसकी निकासी में फर्क है, डीजल में फर्क है, सब कुछ में। अच्छा जी सानू थोड़ा जा जी शाफट साइड से लाई गई है ये बारे थोड़ा जा गाइड कर दियो, ये दो हिस्से हैं जी सारे मेन शाफट है जी, ये आ जाओ भाई ये देख रहे हैं ना, ये पिछला हिस्सा चल रहा है ना घूम रहा है वो खड़ा है, ये जो उसका पिछला हिस्सा ना इस साइड से चलेगा इस शाफट से,
ये दो हिस्सों में छावट बनी हुई, इसके चक्कर कम करने पड़ते हैं। ਇਹਦੇ ਨਾਲ ਕੋਈ ਟਰੈਕਟਰ ਦੇ ਉੱਤੇ ਕੋਈ ਟਰੈਕਟਰ ਤੇ ਲੋਡ ਨਹੀਂ ਪੜੇਗਾ ਇਨਸ਼ਾਅੱਲਾ, ਕੋਈ ਕਿਸੇ ਟਰੈਕਟਰ ਨਹੀਂ ਛੋਟਾ ਹੋਵੇ ਜਾਂ ਬੜਾ। ਇਹ ਇਹ ਜਿਹੜਾ ਤੁਸੀਂ ਇੱਕ ਅਜ਼ਾਫੀ ਕੰਮ ਕੀਤਾ ਵਾ, ਬਾਕੀ ਕੰਪਨੀਆਂ ਨਹੀਂ ਕਰਦੀਆਂ, ਇਹ ਅਜ਼ਾਫੀ ਨਹੀਂ ਹੈਗਾ। ਇਹ ਜੋ ਸੀ ਡਬਲ ਮਸ਼ੀਨ ਮੇਂ ਇਹ ਸ਼ਾਫਟ ਲੱਗਤੀ ਹੈ, ਠੀਕ ਹੈ, ਚੱਕਰੋਂ ਮੇਂ ਫਰਕ ਹੁੰਦਾ ਹੈ, ਠੀਕ ਹੈ। ਇਹਦੇ ਨਾਲ ਜਿਹੜਾ ਟਰੈਕਟਰ ਤੇ ਜਿਹੜਾ ਥ੍ਰੈਸ਼ ਦਾ ਲੋਡ ਆ ਉਹ ਕੰਮ ਪਵੇਗਾ? ਨਹੀਂ ਕੋਈ ਲੋਡ ਨਹੀਂ ਪੜੇਗਾ ਇਨਸ਼ਾਅੱਲਾ, ਬਿਲਕੁਲ ਸਹੀ ਹੈ। ਨਹੀਂ ਨਹੀਂ ਕੰਮ ਪੜੇਗਾ, ਨਹੀਂ ਕੰਮ ਨਹੀਂ ਪੜੇਗਾ, ਇਹ ਪਿਛਲਾ ਹਿੱਸਾ ਚਲਾਤਾ ਹੈ ਨਾ, ਠੀਕ, ਇਹ ਪਿਛਲਾ ਹਿੱਸਾ ਚਲਾਤਾ ਹੈ, ਠੀਕ ਹੈ, ਲੋਡ ਦਾ ਕੋਈ ਮਸਲਾ ਨਹੀਂ ਹੈ, ਠੀਕ। ਉਹਨੂੰ ਉਹਨੂੰ ਫੇਰ ਕੇ ਮਾੜਾ ਜਿਹਾ ਚੈੱਕ ਕਰਵਾ ਦਿਓ। ਇਹ ਲੋ ਫੇਰ ਕੇ ਲਓ ਜੀ, ਇਹ ਜਿਹੜਾ ਬਲੋਰ ਵਾ ਆ ਦੇਖੋ, ਬਲੋਰ ਘੁੰਮਣ ਡਿਆ ਵਾ, ਤੇ ਆ ਦੇਖੋ ਅਗਲਾ ਹਿੱਸਾ ਬਿਲਕੁਲ ਖਲੋਤਾ ਵਾ। ਅੱਛਾ, ਯਾਨੀ ਕਿ ਇੱਥੋਂ ਆਹ ਜਿਹੀ ਚੀਜ਼ ਇਹਨਾਂ ਲਾਈ ਗਈ ਆ, ਇਹ ਮਗਰਲਾ ਇਹ ਡਬਲ ਬ੍ਰਾਕਟ ਲਾ ਕੇ ਅਗਲਾ ਹਿੱਸਾ ਜਿਹੜਾ ਲੈਦਾ ਕਰ ਦਿੱਤਾ ਵਾ, ਤੇ ਪਿਛਲਾ ਲੈਦਾ ਕਰਦੇ ਜਿਹੜਾ ਪਿਛਲੇ ਹਿੱਸੇ ਨੂੰ ਚਲਾਉਂਦਾ ਵਾ ਉਹ ਆਹ ਚੀਜ਼ ਆ। ਇਹ ਪਿਛਲੇ ਹਿੱਸੇ ਨੂੰ ਚਲਾਏਗਾ ਜੀ ਇੱਥੋਂ, ਹੁਣ ਮੈਂ ਤੁਹਾਨੂੰ ਦੱਸਾਂ, ਇਹ ਪੱਖਾ ਵੀ ਚੱਲੇਗਾ ਭਾਈ ਜਾਨ, ਇਹ ਕੇਮ ਛਾਨਣਾ ਵੀ ਚੱਲੇਗਾ, ਉਧਰ ਉਹ ਪੱਖੀ ਵੀ ਚੱਲੇਗੀ, ਇਹ ਤਿੰਨੋਂ ਚੀਜ਼ਾਂ ਜੋ ਸੀ ਯਹਾਂ ਸੇ ਚੱਲੇਂਗੀ ਪਿਛਲੇ ਹਿੱਸੇ ਤੋਂ। ਬਾਕੀ ਸਾਨੂੰ ਨਾ ਛਾਨਣੇ ਦੇ ਬਾਰੇ ਥੋੜ੍ਹਾ ਜਿਹਾ ਗਾਈਡ ਕਰ ਦਿਓ। ਇਹਦੇ ਬਾਰੇ ਜਾਲੀ ਹੈ ਨਾ, ਡਬਲ ਵੋ ਛਾਨਣੇ ਬਿਲਕੁਲ ਸਹੀ ਹੈ, ਡਬਲ ਜਾਲੀ ਹੋਏਗੀ, ਡਬਲ ਜਾਲ, ਇਹ ਡਬਲ ਮਸ਼ੀਨ ਹੈ ਨਾ। ਹਾਂਜੀ, ਡਬਲ ਮਸ਼ੀਨ ਸੇ ਮੁਰਾਦ ਇਹ ਹੈਗਾ, ਹਮ ਡਬਲ ਸਮਾਨ ਦੇਂਗੇ, ਇੱਕ ਚਨੇ ਵਾਲੀ ਫਿਟਿੰਗ ਦੇਂਗੇ ਔਰ ਇੱਕ ਗੰਦਮ ਵਾਲੀ ਦੇਂਗੇ। ਵੈਸੇ ਪਤਾ ਜੋ ਸਾ ਆਪਕਾ ਦਿਲ ਕਰੇ, ਇਧਰ ਇਹ ਆਪ ਦੇਖ ਲੈ, ਇਹ ਲਿਖਾ ਹੋਇਆ ਹੈਗਾ, ਇਹ ਆਪ ਵੀਡੀਓ ਬਣਾ ਲੈ। ਯਾਰ ਕਦਾ ਕੰਬਾਈਡ ਟਰੈਕਟਰ, ਚਨਾ, ਮੂੰਗਫਲੀ, ਮੂੰਗ, ਗੰਦਮ, ਗਵਾਰਾ, ਬਾਜਰਾ ਵਗੈਰਾ, ਰੋਟਾਵੈਟਰ, ਰੈਪਰ, ਹਾਰਡ ਡਿਸਕ, ਐਰੋ ਗਲੋਬਲ ਡਿਸਕ। ਅੱਛਾ, ਉਸ ਤੋਂ ਬਾਅਦ ਇਹ ਹੈਗਾ ਜੋ ਸਾ ਯੂਨੀਵਰਸਲ ਮਸ਼ੀਨ ਬਣੀ ਹੈ ਨਵੀਂ, ਉਸ ਦੇ ਬਾਰੇ ਮੈਂ ਇਹ ਹੈਗਾ ਮੇਰੇ ਭਾਈ, ਇਸ ਟਾਈਮ ਇਹ ਸੈਂਪਲ ਖੜਾ ਹੈਗਾ, ਆਪ ਦੇਖ ਕੇ ਆ ਜੇ। ये नवा मॉडल आया जे जनाब भाईजान, इसमें चना, गंदम, दाल मूंगी और ग्वारा एक ही जाल में निकलेगा इंशाल्लाह, इसका जाल नहीं तब्दील करना पड़ेगा। यूनिवर्सल में, यूनिवर्सल में ना एक जाल होएगा डबल में, ਉਸਮੇ ਸਾਰੀ ਤਿੰਨੋਂ ਫਸਲਾਂ ਨਿਕਲੇਗੀ। ਚਲੋ ਲਓ ਜੀ, ਇਹ ਇੰਜੀਨੀਅਰ ਸਾਹਿਬ ਸਾਡੇ ਨਾਲ ਸੀਗੇ ਜਿਹੜੇ ਇੱਥੇ ਇਨਫਾਰਮੇਸ਼ਨ ਦਿੱਤੀ ਸਾਨੂੰ ਇਹਨਾਂ ਸ਼ਰੀਫ ਥ੍ਰੈਸ਼ਰਾਂ ਦੇ ਬਾਰੇ। ਇਹ ਭਾਈ ਮਜ਼ੀਦ ਤੁਸੀਂ ਜਿਹੜਾ ਕਿਹਾ ਡਬਲ ਵਾਲੀ ਦੂਸਰੀਆਂ ਨੇ, ਉਹਨਾਂ 'ਚ ਜਾਲ ਚੇਂਜ ਕਰਨਾ ਪੈਂਦਾ ਜੀ? ਉਹਨਾਂ ਇੱਥੇ ਚੇਂਜ ਕਰਨਾ ਪਏਗਾ। ਅੱਛਾ, ਜਿਹੜੇ ਕੋਈ ਯੂਨੀਵਰਸਲ ਗਿਆ ਇਹਦੇ ਵਿੱਚ ਜਾਲ, ਇਹਦੇ ਚਾਰੋਂ ਫਸਲ ਜਿਹੜੀ ਇਹ ਇੱਕੋ ਜਾਲ ਵਿੱਚ ਨਿਕਲੇਗੀ। ਹਾਂ ਠੀਕ ਹੈ, ਮਤਲਬ ਇਹ ਜਾਲ ਚੇਂਜ ਨਹੀਂ ਕਰਨਾ, ਇਹਦਾ ਜਾਲ ਨਹੀਂ ਤਬਦੀਲ ਕਰਨਾ। ਆਖਰੀ ਗੱਲ ਹੈ ਤੁਹਾਨੂੰ ਮਜ਼ੀਦ ਇਹ ਪੁੱਛਾਂਗੇ, ਰੇਟ ਤਕਰੀਬਨ ਕੀ ਹਿਸਾਬ ਹੈ ਜੀ? ਰੇਟ ਕਿਉਂ ਤਾਂ ਮੌਕੇ ਦੀ ਮਿਸਾਲ, ਆਪਣੇ ਮਾਡਲ ਦੀ ਫੋਟੋਆਂ ਬਣਾਈ ਹੈ ਨਾ, ਇਸ ਮਾਡਲ ਮੈਂ ਸਭ ਤੋਂ ਪਹਿਲੇ ਸ਼੍ਰੀ ਵੀਰ ਫਰੈਚਰ ਹੈ ਜੀ, ਇੱਕ ਮਿਆਰ ਹੈ, ਬ੍ਰਾਂਡ ਹੈ। ਗਰੰਟੀ ਸੀਜ਼ਨ ਵੀ ਹੋਤੀ ਹੈ, ਕੁਝ ਇਲਾਕੇ ਐਸੇ ਹੈ ਜਹਾਂ ਗਰੰਟੀ ਪਰ ਹਮਾਰੀ ਸਰਵਿਸ ਹੈ, ਕੁਝ ਇਲਾਕੇ ਐਸੇ ਹੈ ਪੰਜਾਬ ਮੇਂ ਵੀ ਜਹਾਂ ਸਰਵਿਸ ਨਹੀਂ ਹੈ। ਹਾਂਜੀ, ਅੱਛਾ, ਕੋਈ ਮਸਲਾ ਵਗੈਰਾ ਇਸਕਾ ਹੋ ਜਾਏ? ਮਸਲਾ ਵਗੈਰਾ ਹੋ ਜਾਂਦਾ ਹੈ, ਹਮਾਰੀ ਬਿਲਡ ਮੇਂ ਜਹਾਂ ਫੀਲਡ ਹੈ ਨਾ ਜੀ, ਜਹਾਂ ਸਰਵਿਸ ਹੈ ਜੀ, ਵਹਾਂ ਜਾ ਕੇ ਹਮਾਰੇ ਬੰਦੇ ਜੋ ਕਿ ਕੰਮ ਲਿਖੇ ਓਕੇ ਕਰ ਗਿਆ। ਲਓ ਜੀ, ਇੰਜੀਨੀਅਰ ਸਾਹਿਬ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਵਾ, ਇਹਨਾਂ ਦੇ ਬਾਰੇ ਸਾਨੂੰ ਇਹਨਾਂ ਮੁਕੰਮਲ ਇਨਫਾਰਮੇਸ਼ਨ ਦਿੱਤੀ ਆ। ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਅਗਰ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।